ਭੂਈਆਂ ਕਰ ਡਰਿਓ ਕਿਹੜਾ ਮਕਸੂਦ ਹੈ ਤੇ ਜਿਹੜਾ ਪੈਦਲ ਟੁਰ ਲਈ ਸੰਗਿਆ ਜਿਹੜਾ ਮਾਂ ਕੁਮਾ ਨਹੀਂ ਲੜ ਲੰਗਿਆ ਚੰਡੀ ਲਾਸ਼ ਬੇਗਾਨੇ ਬਨ ਤੇ ਰੁਲ ਗਈ ਕੋਲੋ ਮਾਦਾ ਮਹਮਲ ਜਿਹੜਾ ਪੈਦਲ ਟੁਰ ਨਹੀਂ ਇੱਕ ਵਾਰ ਹਰ ਮਾਤਮੀ ਦਾ ਹੱਥ ਇੱਥੇ ਸੀਨੇ ਤੇ ਜ਼ਰੂਰ ਆਵੇ। ਕਿਤਨੀ ਅਸਰਤ ਆਈ ਸੈਨ ਨੂੰ ਬਾਪ ਦੀ ਜੋ ਪੁੱਤਰ ਨੂੰ ਰੱਜ ਕੇ ਰੋਲਾ ਵਾ ਮਗਰ ਰੱਸੀਆਂ ਪਾ ਕੇ ਸ਼ਾਮ ਵਾਲੇ ਪਾਸੇ ਟੁਰ ਪਈ। ਜਿਹੜਾ ਮਾਂ ਤੂੰ ਮਾਂ ਨਹੀਂ ਛੱਡ ਸੰਗਿਆ ਉਸ ਕਿਵੇਂ ਪਾਰੀ ਬਨ ਤੇ ਰਹਿ ਗਈ ਉਹ ਕੋਲੋ ਮਾਦਾ ਮੁਹੰਮਦ ਰੋ ਗਿਆ ਤੀ ਮਾਫ ਕਰੇ ਮਾਂ ਦੇ ਹੱਥ ਗਰਦਨ ਪਿੱਛੇ ਬੱਦੇ ਨੀ ਮੇਰੇ ਹੱਥ ਖੁੱਲਾ ਹੋਣਾ ਮੈਂ ਤੈਨੂੰ ਤੁਬਦੇ ਛੋੜ ਕੇ ਨਾ ਜਾਵਾਂ ਵੇ ਮੇਰਾ ਬੋਲੀ ਨਾ ਬੋਲਣ ਵਾਲਾ ਬੱਜੜਾ ਤਕਰੀਬਨ 5-7 ਮਿੰਟ ਉੱਤੇ ਪੜ ਗਿਆ ਆਖਰੀ ਮੈਂ ਮਾਈਆਂ ਦੇ ਹਵਾਲੇ ਮੈਂਬਰ ਕੱਲਾ ਰਹਿ ਗਿਆ ਜ਼ਹਰਾ ਦਾ ਲਾਲ ਕਿਵੇਂ ਕਬਜ਼ਾ ਤਲਵਾਰ ਤੇ ਮੱਥਾ ਰੱਖੀ ਸੱਯਦ ਪਹਿਲਾ ਹੋਕਾ ਦਿੱਤਾ ਅਸਗਰ ਪਿੰਗੇ ਵੀ ਚੜਦੇ ਸੱਯਦ ਦੂਜਾ ਹੋਕਾ ਦਿੱਤਾ ਪਿੰਗਾ ਛੋੜ ਕੇ ਜ਼ਮੀਨ ਤੇ ਡੱਠਾ ਹੈ ਸੱਯਦ ਤੀਜਾ ਹੋਕਾ ਦਿੱਤਾ ਅਰਕਾ ਦੇ ਬਾਹਰ ਹੈਮੇ ਦੇ ਦਰ ਤੇ ਆ ਕੇ ਅਕਲ ਮਾਰ ਕੇ ਆਦਾ ਬਾਬਾ ਪੁੱਤਰਾਂ ਦੇ ਆਉਂਦੇ ਆ ਪਿਓ ਗਰੀਬ ਨਹੀਂ ਸਨ ਵੇਂਦੇ ਉਹ ਬਾਬਾ ਮੇਰੇ ਜੀਂਦਿਆਂ ਗਰੀਬ ਨਾ ਸਦਾ ਤੇਰਾ ਪੁੱਤਰ ਜੋ ਜੀਂਦਾ ਅਕਸਰ ਫਰਮੈਂਦੇ ਹਨ ਮੈਨੂੰ ਉਹ ਖੈਮਾ ਚੰਗਾ ਨਹੀਂ ਲੱਗਦਾ ਜਾਂਦੇ ਵੀ ਸਕੀਨਾ ਤੇ ਰੁਬਾਬ ਲਾਓ ਸਹੀ ਚੱਲਦਾ ਚੱਲਦਾ ਖੈਮੇ ਵਿੱਚ ਜਾ ਕੇ ਪੁੱਛਦਾ ਰੁਬਾਬ ਮੇਰਾ ਅਸਗਰ ਕਿੱਥੇ ਬੀਬੀ ਨੇ ਪਿੰਗੇ ਦੇ ਪਾਸੇ ਸ਼ਰਤ ਮੇਰੇ ਇਮਾਮ ਨੇ ਆ ਕੇ ਪੁੱਤਰ ਦੇ ਸੋਹਣੇ ਮੂੰਹ ਤੋਂ ਇਵੇਂ ਕੱਪੜਾ ਅਸਗਰੀ ਮੈਂ ਛੋਟੀਆਂ ਛੋਟੀਆਂ ਅੱਖੀ ਖੋਲ ਕੇ ਬਾਬੇ ਦੇ ਚਿਹਰੇ ਤੋਂ ਡਿੱਠਾ ਇਵੇਂ ਛੋਟੀਆਂ ਛੋਟੀਆਂ ਬਾਈ ਬਾਬੇ ਦੇ ਪਾਸੇ ਵਧਾਈਆਂ ਉਹ ਮਾਤਮ ਕਰਕੇ ਰੋਣ ਵਾਲੇ ਉਹ ਮਾਂ ਪਿਓ ਦੀ ਉਲਫਤ ਤਕਾਲਾ ਪਿਆ ਪੜਦਾ ਮਾਂ ਹੋਵੇ ਪਿਓ ਹੋਵੇ ਜਿਹੜੇ ਵੇਲੇ ਨਿੱਕਾ ਬੱਚਾ ਹੱਥਾਂ ਤੇ ਆਵੇ ਨਾ ਮਾਂ ਪਿਆਰ ਕਰਨ ਤੋਂ ਬਗੈਰ ਹੈ
سکتی نہ پیو پیار پیار کرن تو بغیر رہ سکتا ہے میرے امام نو علی اصغر دے سونے منہ تے پیار آئے سیدی میں چھکنا شروع کی جھکدا اج آخری وین جھکدا جھکدا میں پیا پڑھتا شاد سے پتر دا منہ چمیا کچھ سجن شبیر بڑ گیا آئی آئی یاد جانی رانی دیا کچھ اتھر سید دے معصوم نے سمجھیا پانی وہ تو رب اصغر دے سیدا میرا سونا بچتا پانی پلاوا مگر نانے دا دین نہیں بچتا بیبی تواڈی میری عبادت سادا تو آم عبادت اپنے پاک دربار چ قبول تے منظور فرمائے زندگی باقی پیرگامے شاہراہ دے مجلس تے ملاقات باقی